ਹੋਣਾ ਕਿ ਜਿੱਥੇ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਦੇ ਕਿ ਉਹਨਾਂ ਨੇ ਕੋਈ ਵੀ ਉੱਥੇ ਕਿਸੇ ਵੀ ਦੰਗਾਕਾਰੀ ਨੂੰ ਰੋਕਿਆ ਨਹੀਂ, ਬਲਕਿ ਨਾਲ ਸਪੋਰਟ ਕਰਕੇ ਉੱਥੇ ਦੰਗਾ ਜਿਹੜੇ ਕਰਵਾ ਰਹੇ ਸੀ, ਇਹ ਟੋਟਲੀ ਬਾਹਰੋਂ ਬੁਲਾਏ ਗਏ ਸੀ। ਔਰ ਇਹ ਵੀ ਸਾਰਾ ਇਨਵੈਸਟੀਗੇਸ਼ਨ ਦਾ ਹੋਇਆ ਵੀ ਕਿਹਨੇ ਬੁਲਾਏ ਸੀ, ਕਿਹਨੇ ਆਇਆ, ਇਹ ਵੀ ਪਤਾ ਲੱਗ ਰਿਹਾ ਕਿ ਬੱਸਾਂ 'ਚ ਲੋਕ ਆਏ ਸੀ, ਭਰ ਭਰ ਕੇ ਬਾਹਰੋਂ ਆਏ ਸੀ। ਅਤੇ ਇਹੀ ਮਤਲਬ ਹੁਣ ਮੈਟਰ ਹੈ ਕਿ ਪੁਲਿਸ ਕਿਉਂ ਨਹੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਅਤੇ ਕਪਿਲ ਮਿਸ਼ਰਾ 'ਤੇ ਹੁਣ ਤੱਕ ਕੋਈ FIR ਵੀ ਨਹੀਂ ਹੋਈ, ਉਲਟਾ ਉਹਨੂੰ ਸਿਕਿਉਰਿਟੀ ਦੇ ਦਿੱਤੀ ਗਈ। ਮਤਲਬ ਕਿੰਨੇ ਸ਼ਰਮ ਦੀ ਗੱਲ ਹੈ। ਅਸੀਂ ਤਾਂ ਇਹ ਕਹਿੰਦੇ ਹਾਂ ਉਹਨਾਂ ਨੂੰ, ਤੁਸੀਂ ਦੰਗਾ ਕਰਾਉਣ ਦੇ ਵਾਸਤੇ ਤੁਸੀਂ ਪੀਸ ਪੁਰਸਕਾਰ ਦੇ ਦੇਣਾ ਚਾਹੀਦਾ ਸਾਡੀ ਗੌਰਮੈਂਟ ਨੂੰ। ਅਗਰ ਦੰਗਾਈਆਂ ਵਾਸਤੇ ਇੱਦਾਂ ਦੇ ਤੁਸੀਂ ਉਪਹਾਰ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਪੀਸ ਦਾ ਉਪਹਾਰ ਦੇ ਦੇਣਾ ਚਾਹੀਦਾ, ਨੋਬਲ ਪ੍ਰਾਈਜ਼ ਵਾਸਤੇ ਉਹਨਾਂ ਦਾ ਨਾਮ ਭੇਜਣ ਦੇਣਾ ਚਾਹੀਦਾ, ਅਗਰ ਮਤਲਬ ਦੰਗਾਈਆਂ ਵਾਸਤੇ ਹੀ ਨਾਮ ਹੈ ਇਸ ਮੁਲਕ ਦੇ ਵਿੱਚ। ਜਿਸ ਤਰ੍ਹਾਂ ਇਹ ਦੰਗੇ ਕਰਕੇ ਇੱਥੇ ਭਾਈਚਾਰੇ ਨੂੰ ਵੀ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਕੀਤੀਆਂ ਜਾ ਰਹੀਆਂ। ਜੀ ਬਿਲਕੁਲ ਰਾਈਟ, ਉਹ ਤਾਂ ਚਾਹਤੇ ਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸਰ ਜੇ ਇਸ ਮੁਲਕ ਕੇ ਅੰਦਰ ਹਿੰਦੂ, ਮੁਸਲਿਮ, ਸਿੱਖ, ਕ੍ਰਿਸਚਨ, ਦੀਗਰ ਜਿਤਨੇ ਲੋਕ ਰਹਿਤੇ ਹੈ, ਉਨ ਸਭ ਕਾ ਇਤਿਹਾਦ ਉਨਕੇ ਲਈ ਖਤਰਨਾਕ ਹੈ। ਉਹ ਨਹੀਂ ਚਾਹਤੇ ਕਿ ਇਤਫਾਕ ਹੈ, ਇਹ ਦੰਗਾ ਥਾ ਇੱਕ ਤਰ੍ਹਾਂ ਸਾ, ਇਹ ਪੂਰੀ ਪਲਾਨ ਕੇ ਮੁਤਾਬਿਕ ਹੋ ਰਹਾ ਹੈ। ਕਿਉਂਕਿ ਅਗਰ ਦੰਗਾ ਹੋਤਾ ਇਸ ਪਹਿਲੇ ਦੇਖੇ ਤਕਰੀਬਨ 3 ਮਹੀਨੇ ਕੇ ਕਰੀਬ ਹੋਣੇ ਜਾ ਰਹੇ ਹੈ, ਸ਼ਾਹੀਨ ਬਾਗ, ਜਾਫਰਾਬਾਦ ਔਰ ਦੀਗਰ ਜਗ੍ਹਾ ਪਰ ਜੋ ਪ੍ਰੋਟੈਸਟ ਚੱਲ ਰਹੇ ਬਿਲਕੁਲ ਸ਼ਾਂਤੀ ਕੇ ਸਾਥ ਚੱਲ ਰਹੇ ਤੇ ਕੋਈ ਦਿੱਕਤ ਨਹੀਂ ਆ ਰਹੀ। ਜ਼ਾਹਿਰ ਹੈ ਕਿ ਜਬ ਇੱਕ ਆਦਮੀ ਕਹਿ ਰਿਹਾ ਕਿ ਭਾਈ ਹਮ ਕੱਲ੍ਹ ਤੁਹਾਡੀ ਬਾਤ ਨਹੀਂ ਮਾਨੇਗੇ ਔਰ ਇਸ ਤਰ੍ਹਾਂ ਸੇ ਭੜਕਾਓ ਭਾਸ਼ਣ ਦੇ ਜਾਤੇ ਹੈ, ਦੇਸ਼ ਕੇ ਗੱਦਾਰੋਂ ਕੋ ਗੋਲੀ ਮਾਰੋ ਸਾਲੋਂ ਕੋ, ਤੋ ਉਸਕੇ ਬਾਅਦ ਕਿਆ ਅਗਲੇ ਦਿਨ ਜਾਮੀਆ ਕੇ ਅੰਦਰ ਗੋਲੀ ਚਲੀ। 3 ਦਿਨ ਤੱਕ ਦੰਗੇ ਹੁੰਦੇ ਰਹੇ, ਕੇਜਰੀਵਾਲ ਜੀ ਦਾ ਪਤਾ ਹੀ ਨਹੀਂ ਲੱਗਿਆ ਕਿੱਥੇ ਆ। ਬਲਕਿ ਕੁਛ ਸਟੂਡੈਂਟਸ ਨੇ ਦੱਸਿਆ ਕਿ ਅਸੀਂ ਕੇਜਰੀਵਾਲ ਜੀ ਦੇ ਰਾਤ ਦੂਜੀ ਰਾਤ 'ਚ ਅਸੀਂ ਉਹਨਾਂ ਦੇ ਘਰ ਗਏ ਹਾਂ ਅਤੇ ਉਹਨਾਂ ਨੂੰ ਠਾਲਣ, ਉਹ ਸੁੱਤੇ ਪਏ ਸੀ, 2:30-4 ਵਜੇ ਦਾ ਟਾਈਮ ਸੀ ਕੁਛ ਇੱਦਾਂ, ਅਤੇ ਉਹਨਾਂ ਨੇ ਕਿਹਾ ਵੀ ਸਾਨੂੰ ਠਾਲੋ ਜੀ, ਦਿੱਲੀ ਜਲ ਰਿਹਾ ਅਤੇ ਸਾਡੇ CM ਸੁੱਤੇ ਪਏ ਹੈ। ਅਤੇ ਉਹ ਉਹਨਾਂ ਦੇ ਉੱਪਰ ਹੀ ਪੁਲਿਸ ਨੇ ਉਹਨਾਂ ਨੂੰ ਸੁਣਿਆ ਕਿ ਭਜਾ ਭਜਾ ਕੇ ਉਹਨਾਂ ਨੇ ਡੰਡੇ ਮਾਰੇ ਗਏ ਹੈ।